वाहिगुरु जी का खालसा वाहिगुरु जी की फतेह। अज भराव तुहानूं आपां फार्म दिखावांगे ते फार्म दे विच आपां गर्मियां दे विच आपां मज्जां नूं गावां नूं किवें रख देंगे गर्मी तों बचा के शुरू दस्सांगे अज आपां। ते वीडियो नाल जुड़ रहे हो वीडियो शेयर जरूर करियो। हुण तुसीं आ देख सकदे हो जिहड़े डंगर नेगे अपने सवेरे जिहड़े कख ने खा कख खा के आराम नाल वेले बैठ होके बैठ गए थे। जिहड़ा अपना फार्म आ इह जाण के कच्चा रख्या होया मेरे वीर कहणगे वी कच्चा कच्चा बहुत डंगरां लई फायदेमंद आउंदा। असीं फर्श वी लवा सकदे पर फर्श नहीं लवाया असीं डंगरां दे कच्चे ही रख्या गा। ते हुण जिहड़े डंगर ने कख खा ले इहनां ने हुण आपां जिहड़ा इहनां गोहा हटा के ਤੁਹਾਨੂੰ ਅੱਗੇ ਦਿਖਾਉਣਾ ਕਿ ਆਪਾਂ ਇਹਨਾਂ ਨਾਲ ਨੂੰ ਕਿਵੇਂ ਕਰਾਂਗੇ ਕਿੱਥੇ ਬੰਨਾਂਗੇ ਪਾਣੀ ਪਿਲਾ ਕੇ। ਡੰਗਰਾਂ ਥੱਲੇ ਜਿੰਨਾ ਹੋ ਸਕੇ ਕੱਚਾ ਜ਼ਰੂਰ ਰੱਖੋ। ਹੁਣ ਸਵੇਰੇ ਇਹਨਾਂ ਕੱਖ ਖਾ ਲਏ ਸੀਗੇ ਹੁਣ ਆਪਾਂ ਜਿਹੜੇ ਇਹਨਾਂ ਡੰਗਰਾਂ ਨੂੰ ਤੁਹਾਨੂੰ ਦਿਖਾਉਣਾ ਕਿ ਆਪਾਂ ਕਿੱਥੇ ਬੰਨ ਰਹੇਗੇ। गर्मी दे विच इन्हां सिर्फ इक्को ही हल आ गर्मी तों बचाउण दा मज्जां दा पूल। तुसीं आ देख सकदे हो किवें अपने आप मज्ज आ रही है कि कोई डर नहीं इन्हां नूं। ते पाणी वी हुण विच ही पीणगे इह सारा आ देख सकदे हो पाणी विच ही पीणगियां। गर्मी दे विच आपां उहनां इन्हां नूं पाणी नहीं पिला सकदे इन्हां ने पीना हुंदा गा दिन दे विच इह हुण पंज पंज सत सत वार पाणी पीणगियां इह। ਹੁਣ ਤੁਸੀਂ ਆਪ ਦੇਖ ਸਕਦੇ ਹੋ ਇਹਨੂੰ ਆਹ ਡੰਗਰ ਨੂੰ ਇਹ ਵੀ ਜਿਉਂ ਜਿਉਂ ਹੁਣ ਬੜੀ ਜਾਣਗੇ ਪਾਣੀ ਪੀਣ ਦੇ ਵਿੱਚ ਬੜਿਆ ਹੋ ਜਾਣਗੇ। ਆਹ ਦੇਖੋ ਆਪਣੇ ਆਪ ਪਾਣੀ ਪੀਣ ਲੱਗ ਗਏ ਪਾਣੀ ਬਿਲਕੁਲ ਸਾਫ਼ ਹੈਗਾ 24 ਘੰਟੇ ਪਾਣੀ ਜਿਹੜਾ ਸਾਫ਼ ਰਹਿੰਦਾ ਹੈਗਾ। ਜਿਹੜੀ ਆਪਣੇ ਝੋਟੀਆਂ ਨੇਗੀਆਂ ਆਪਾਂ ਇਹਨਾਂ ਨੂੰ ਖੁੱਲ੍ਹੀ ਖੁੱਲ੍ਹੀ ਰੱਖ ਦਿਆਂਗੇ ਖੁੱਲ੍ਹੀ ਛੱਡ ਦਿੰਦੇ ਹਾਂ। ਜਿਹੜੇ ਡੰਗਰ ਕੌੜ ਹੁੰਦੇ ਨੇ ਜੇ ਉਹਨਾਂ ਨੂੰ ਆਪਾਂ ਬੰਨ ਦਿੰਦੇ ਹਾਂਗੇ ਬਾਕੀ ਜਿਹੜੇ ਸੀਲ ਆਪਾਂ ਉਹਨਾਂ ਥੋੜ੍ਹੇ ਖੁੱਲ੍ਹੇ ਰੱਖ ਦਿੰਦੇ ਹਾਂਗੇ। ਜਿਹੜਾ ਮੱਝਾਂ ਦਾ ਪੂਲ ਹੈ ਇੱਕ ਵਾਰ ਹਰੇਕ ਕਿਸਾਨ ਭਰਾ ਨੂੰ ਜਿੰਦੇ ਜੇ ਡੰਗਰ ਥੋੜ੍ਹੇ ਜ਼ਿਆਦਾ ਨੇ ਉਹ ਜ਼ਰੂਰ ਬਣਾਉਣਾ ਚਾਹੀਦਾ ਗਾ। ਜਿਹੜੀਆਂ ਗਾਵਾਂ ਨੇਗੀਆਂ ਤੁਹਾਨੂੰ ਪਤਾ ਹੀ ਆ ਪਾਣੀ ਦੇ ਵਿੱਚ ਥੋੜ੍ਹਾ ਇਹ ਥੋੜ੍ਹਾ ਘੱਟ ਵੜ ਕੇ ਰਾਜੀ ਨੇ ਪਾਣੀ ਦੇ ਵਿੱਚ ਇਸ ਕਰਕੇ ਫਿਰ ਆਪਾਂ ਇਹਨਾਂ ਨੂੰ ਬਾਰੀ ਜਿਹੜਾ ਟੂਟੀ ਆ ਖੇਲਤੀ ਪਾਣੀ ਪਿਲਾ ਦਾਂਗੇ ਅਤੇ ਮੋਟਰ ਨਾਲ ਇਹਦਾ ਪ੍ਰੈਸਰ ਮਾਰ ਕੇ ਬਾਰੀ ਨਵਾ ਦਾਂਗੇ ਇਹਨਾਂ ਨੂੰ। ਅੱਜ ਆਪਣਾ ਫਾਰਮ ਸਾਰਾ ਦਿਖਾਵਾਂਗੇ ਜਿਹੜਾ ਘਰ ਵਾਲਾ ਫਾਰਮ ਆ ਤੁਹਾਨੂੰ ਉਹ ਵੀ ਦਿਖਾਉਣਾਗਾ ਅੱਜ ਕਿਉਂਕਿ ਜਿਹੜੇ ਆਪਣੇ ਡੰਗਰ ਨੇਗੇ ਸਵੇਰੇ ਉਹ ਆਪਾਂ ਘਰ ਖੇਤ ਲੈ ਆਉਂਦੇ ਹਾਂਗੇ ਖੇਤ ਆਪਣੇ ਕੱਖ ਪਾ ਦਿੰਦੇ ਹਾਂ ਇਹ ਖੇਤ ਵਾਲਾ ਆਪਣਾ ਫਾਰਮ ਹੈਗਾ ਜਿੰਨੇ ਆਪਾਂ ਸਵੇਰੇ 7 ਵਜੇ ਡੰਗਰ ਬੰਨ ਦਿੰਦੇ ਹਾਂ ਇੱਥੇ ਘੰਟੇ ਡੇਢ ਘੰਟੇ 'ਚ ਕੱਖ ਆ ਕੇ 9 ਸਾਢੇ 9 ਵਜੇ ਨੂੰ ਆਪਾਂ ਪਾਣੀ ਪਿਲਾ ਕੇ ਟੋਬੇ ਦੇ ਵਿੱਚ ਹੀ ਬੰਨ ਦਿੰਦੇ ਹਾਂਗੇ। ਜਿੰਨਾ ਵੀ ਆਪਣਾ ਜਿਹੜਾ ਖੇਤ ਅਲੱਗ ਹੈ ਸਾਰਾ ਆਪਾਂ ਕੱਚਾ ਹੀ ਰੱਖਿਆ ਹੋਇਆ ਸਾਰਾ ਆਪ ਦੇਖ ਸਕਦੇ ਹੋ ਦਰਖਤਾਂ ਥੱਲੇ ਬੰਨ ਦਾਂਗੇ ਇਹਨਾਂ ਨੂੰ। ਜਿਹੜੇ ਗਾਵਾਂ ਆਉਂਦੀਆਂ ਨੇ ਤੁਹਾਨੂੰ ਪਤਾ ਆ ਪਾਣੀ ਥੋੜ੍ਹਾ ਐਨਰਜੀ ਵੱਧ ਮੰਨਦੀਆਂ ਨੇਗੀਆਂ ਇਹ ਪਾਣੀ 'ਚ ਘੱਟ ਰਹਿ ਕੇ ਖੁਸ਼ ਨੇ ਇਸ ਕਰਕੇ ਆਪਾਂ ਜ਼ਿਆਦਾਤਰ ਇਹਨਾਂ ਨੂੰ
ਬੋਟਲ ਨਾਲ ਪਾਣੀ ਨਾਲ ਨਵਾ ਕੇ ਬਾਹਰ ਹੀ ਬੰਨ ਦਿੰਦੇ ਹੈਗੇ। ਆਹ ਦੇਖ ਸਕਦੇ ਹੋ ਆਪਣੀਆਂ ਜਿਹੜੀਆਂ ਮੱਝਾਂ ਨੇ ਕਿਵੇਂ ਇੰਜੋਏ ਕਰਦੀਆਂ ਨੇ। ਉਨਾ ਆਪਾਂ ਇਹਨਾਂ ਨੂੰ ਨਵਾ ਨਹੀਂ ਸਕਦੇ ਵੀਰੇ, ਜਿੰਨਾ ਇਹਨਾਂ ਨੇ ਨਹਾਉਣਾ ਹੁੰਦਾ ਗਾ ਉਹ ਦੇਖ ਸਕਦੇ ਹੋ ਸਾਰਾ ਮੂੰਹ ਵਿੱਚ ਡਬੋਈ ਬੈਠੀਆਂ ਨੇ ਕਿ ਡੰਗਰ। ਗਰਮੀ ਦੇ ਵਿੱਚ ਬਹੁਤ ਫਾਇਦਾ ਨੇ ਕਿਉਂਕਿ ਗਰਮੀ ਦੇ ਵਿੱਚ ਹਰੇਕ ਡੰਗਰ ਜਿਹੜਾ ਦੁੱਧ ਘਟਾ ਦਿੰਦਾ ਹੁੰਦਾ ਗਾ, ਕਿਲੋ ਕਿਲੋ ਡੇਢ ਡੇਢ ਕਿਲੋ ਹਰੇਕ ਡੰਗਰ ਦਾ ਦੁੱਧ ਘਟਾਉਂਦਾ। ਪਰ ਮੱਝਾਂ ਦੇ ਟੋਭਾ ਬਣਾਉਣ ਕਰਕੇ ਇਹਨਾਂ ਨੇ ਪਾਈਏ ਦੁੱਧ ਨਹੀਂ ਘਟਾਇਆ ਹੋਊਗਾ, ਵਧਾਇਆ ਜ਼ਰੂਰ। ਆਹ ਦੇਖ ਸਕਦੇ ਹੋ ਇਹਦਾ ਮੋਟਰ ਦਾ ਜਿਹੜਾ ਪਾਣੀ ਆਉਂਦਾ ਗਾ ਦੂਜੇ ਰਾਹੀਂ, ਜਿਹੜਾ ਪਾਣੀ ਸਾਰਾ ਗੰਦਾ ਬਾਹਰ ਨਿਕਲਦਾ। ਇਹਨਾਂ ਦਾ ਹੋ ਗਿਆ, ਛੁੱਟੀ ਹੋ ਗਈ ਖਤਮ। ਹੁਣ ਆਪਾਂ ਇਹਨਾਂ ਨੂੰ ਲੈ ਕੇ ਚੱਲਦੇ ਹਾਂਗੇ ਘਰੇ, ਜਿਹੜਾ ਘਰ ਵਾਲਾ ਫਾਰਮਸ ਨੂੰ ਉਹ ਦਿਖਾਉਂਦੇ ਹਾਂਗੇ ਆਪਾਂ ਹੁਣ। ਆਪਾਂ ਸਾਰੇ ਡੰਗਰ ਇਕੱਠੇ ਨਹੀਂ ਛੱਡਦੇ ਹੈਗੇ, ਇਕੱਲਾ ਇਕੱਲਾ ਕਰਕੇ ਡੰਗਰ ਛੱਡ ਦਿਆਂਗੇ ਕਿਉਂਕਿ ਜਿਹੜਾ ਘਰੇ ਜਿਹੜਾ ਬੰਦਾ ਬਣਦਾ ਹੈਗਾ ਨਾ ਉਹ ਔਖਾ ਨਹੀਂ ਹੁੰਦਾ ਨਾ ਡੰਗਰ ਭਿੜ ਦੇਣ ਜਾ ਕੇ, ਇਹ ਆਰਾਮ ਨਾਲ ਹੀ ਲੈਣ ਬਾਅਦ ਤੁਰੀ ਜਾਣਗੇ ਹੌਲੀ ਹੌਲੀ, ਅਤੇ ਮੂਹਰਲਾ ਬੰਦਾ ਬੰਨੀ ਜਾਊਗਾ ਅਤੇ ਮੈਂ ਇੱਥੋਂ ਹੌਲੀ ਹੌਲੀ ਜਾ ਕੇ ਇਕੱਲਾ ਇਕੱਲਾ ਡੰਗਰ ਛੱਡੀ ਜਾਊਂਗਾ। ਆਪਾਂ ਕੀ ਕਰਦੇ ਹਾਂ ਇਕੱਠੀ ਡੰਗਰ ਛੱਡ ਦਿੰਦੇ ਹਾਂਗੇ, ਜਿਹਦੇ ਕਰਕੇ ਰਸਤੇ ਡੰਗਰ ਭਿੜਨ ਲੱਗ ਜਾਂਦੇ ਜਾਂ ਘਰੇ ਇਕੱਲੇ ਬੰਦੇ ਨੂੰ ਬੰਦੇ ਨੇ ਬਹੁਤ ਔਖੇ ਹੋ ਜਾਂਦੇ ਨੇਗੇ, ਇੱਕ ਦੂਜੇ ਦਾ ਦਾਣਾ ਖਾਈ ਜਾਂਦੇ ਨੇ। ਇਸ ਕਰਕੇ ਹੁਣ ਦੇਖ ਸਕਦੇ ਹੋ ਆਹ ਡੰਗਰ ਆਰਾਮ ਨਾਲ ਬੈਠੇ ਨੇਗੇ ਅਤੇ ਉਹ ਦੂਸਰੇ ਉਹ ਜਾ ਰਹੇ ਨੇ ਰਸਤੇ 'ਚ। ਅਤੇ ਹੁਣ ਆਪਾਂ ਇਹਨਾਂ ਨੂੰ ਦੋ ਦੋ ਕਰਕੇ ਆਪਾਂ ਇਹਨਾਂ ਨੂੰ ਛੱਡ ਦਾਂਗੇ। ਕੋਈ ਮੈਚ ਧੱਕਾ ਨਹੀਂ ਕਰਦੇ, ਬਾਕੀ ਡੰਗਰ ਦੇਖ ਸਕਦੇ ਆਰਾਮ ਨਾਲ ਬੈਠੇ ਨੇ ਪਾਣੀ ਦੇ ਵਿੱਚ, ਕੋਈ ਉਹ ਨਹੀਂ ਗਾ, ਹੁੱਲੜਬਾਜ਼ੀ ਨਹੀਂ ਕਰਦੇ ਗੇ। ਜੇ ਡੰਗਰ ਨੂੰ ਮੈਂ ਖੋਲ੍ਹਦਾ ਉਹੀ ਹੋਈ ਨਿਕਲ ਰਿਹਾ ਹੈਗਾ, ਜੇ ਇਹ ਡੰਗਰ ਬਾਹਰੇ ਹੁੰਦੇ ਕੀਲੇ ਤੋੜਨਾ ਕਰ ਦਿੰਦੇ ਵੀ ਦੂਜੇ ਡੰਗਰ ਵੱਗ ਗਏ ਸੀ, ਮੈਂ ਜਾਣਾ ਸੀ ਵੀ ਨਾਲ ਜਾਣਾ, ਅਤੇ ਪਾਣੀ ਦੀ ਇੰਨੀ ਮੌਜ ਆ ਕੋਈ ਡੰਗਰ ਨਹੀਂ ਦੇਖ ਸਕਦੇ ਹੋ, ਦੂਜੇ ਬੈਠੇ ਨੇ ਆਰਾਮ ਨਾਲ। ਆਪਾਂ ਅਗਲੀ ਵੀਡੀਓ ਦੇ ਵਿੱਚ ਟੋਭੇ ਦੇ ਬਾਰੇ ਜਾਣਕਾਰੀ ਦੇਵਾਂਗੇ ਵੀ ਕਿੰਨਾ ਖਰਚਾ ਆਉਂਦਾ ਗਾ, ਵੀ ਕਿੰਨੀ ਇੱਟ ਲੱਗਦੀ ਹੈ, ਕਿੰਨਾ ਸਮੈਂਟ ਲੱਗਦਾ। ਆਹ ਦੇਖ ਸਕਦੇ ਹੁਣ ਇਕੱਲਾ ਇਕੱਲਾ ਡੰਗਰ ਆਰਾਮ ਨਾਲ ਲਾਈਨ ਬਣਾ ਕੇ ਘਰ ਜਾ ਰਿਹਾ ਹੈਗਾ, ਕੋਈ ਡੰਗਰ ਹੁੱਲੜਬਾਜ਼ੀ ਨਹੀਂ ਕਰਦਾ ਹੈਗਾ, ਕੋਈ ਰਸਤੇ 'ਚ ਕੋਈ ਰੁਕਦਾ ਨਹੀਂ ਗਾ, ਇੱਕ ਦੂਜੇ ਨੂੰ ਮਾਰਦੇ ਨਹੀਂ ਗੇ। ਇਹ ਆਪਣਾ ਘਰ ਵਾਲਾ ਫਾਰਮ ਆ ਜੀ, ਦੇਖਦੇ ਹਾਂ ਆਪੋ ਆਪਣੇ ਜਿਹੜੇ ਕੀਲਿਆਂ ਦੇ ਵਿੱਚ ਜਾਣ ਸਾਰ ਲੱਗ ਜਾਣਗੇ। ਉਹ ਦੇਖੋ ਬੱਸੀ ਆ ਜਿਹੜੀ ਉਹ ਅੰਦਰ ਵੱਗੀ, ਅਤੇ ਇਹ ਹੈਗਾ ਆਪਣਾ ਜੀ ਘਰ ਵਾਲਾ ਫਾਰਮ। ਆ ਦੇਖ ਸਕਦੇ ਹੋ ਇਕੱਲੀ ਇਕੱਲੀ ਜਿਹੜੀ ਮੱਝ ਆਪਣੇ ਆਪਦੇ ਕੀਲੇ ਲੱਗ ਜਾਂਦੀ ਆ, ਅਤੇ ਉਹਨੇ ਇਹ ਗਾਹ ਜਾ ਕੇ ਦੋ ਮੈਚ ਛੱਡ ਕੇ ਆਪਣੇ ਆਪ ਅੰਦਰ ਵੜ ਜੂਗੀ, ਉਹ ਦੇਖ ਸਕਦੇ ਹੋ। ਅਤੇ ਉਹ ਆਪਣਾ ਖੇਤ ਵਾਲਾ ਫਾਰਮ ਸੀ ਜੀ, ਇਹ ਆਪਣਾ ਹੈਗਾ ਘਰ ਵਾਲਾ ਫਾਰਮ। ਵੀਡੀਓ ਕਿੱਦਾਂ ਲੱਗੀ ਵੀਰੇ ਜ਼ਰੂਰ ਦੱਸਿਓ, ਨਾਲੇ ਆਪਣਾ ਜਿਹੜਾ ਪੇਜ ਜ਼ਰੂਰ ਲਾਈਕ ਕਰਿਓ, ਆਪਣੇ ਵੀਡੀਓ ਸ਼ੇਅਰ ਜ਼ਰੂਰ ਕਰਿਓ, ਅਤੇ ਜਿਹੜਾ ਪੇਜ ਆ ਜ਼ਰੂਰ ਫੋਲੋ ਕਰਿਓ ਆਪਣੇ ਪੇਜ ਨੂੰ, ਕਿਉਂਕਿ ਜਿਹੜੀ ਹੋਰ ਜਾਣਕਾਰੀਆਂ ਤੁਹਾਡੇ ਤੱਕ ਪਹੁੰਚ ਸਕਣ। ਦੇਵੋ ਛੋਟੇ ਵੀਰ ਨੂੰ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।